ਕੈਨੇਡੀਅਨ ਪਰਿਵਾਰਾਂ ਦਾ ਕੁੱਲ ਕਰਜ਼ਾ ਮੁਲਕ ਦੀ ਜੀਡੀਪੀ ਨਾਲੋਂ ਵੀ ਵੱਧ ਜੀ7 ਦੇਸ਼ਾਂ ਵਿੱਚ ਕੈਨੇਡੀਅਨਸ ਦੇ ਸਿਰ ਸਭ ਤੋਂ ਵੱਧ ਕਰਜ਼ਾ ਕੈਨੇਡੀਅਨ ਲੋਕਾਂ ਦੇ ਸਿਰ ਇਸ ਸਮੇਂ ਹੋਰ ਕਿਸੇ ਵੀ ਜੀ7 ਦੇਸ਼ਾਂ ਦੇ ਲੋਕਾਂ ਨਾਲੋਂ ਵਧੇਰੇ ਕਰਜ਼ਾ ਅਤੇ ਜਿੰਨੇ ਕਰਜ਼ੇ ਦੀ ਕੈਨੇਡੀਅਨ ਦੇਨਦਾਰ ਹੈ ਉਸ ਦੀ ਵੈਲਿਊ ਦੇਸ਼ ਦੀ ਜੀਡੀਪੀ ਨਾਲੋਂ ਵੀ ਵੱਧ ਹੈ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੁਆਰਾ ਤਿਆਰ ਕੀਤੀ ਗਈ ਇੱਕ ਨਵੀਂ ਰਿਪੋਰਟ ਵਿੱਚ ਇਹ ਤੱਥ ਸਾਹਮਣੇ ਆਏ ਹਨ ਮੰਗਲਵਾਰ ਨੂੰ ਜਾਰੀ ਕੀਤੀ ਗਈ ਇਸ ਰਿਪੋਰਟ ਵਿੱਚ ਸੀਐਮਐਚਸੀ ਦੇ ਡਿਪਟੀ ਚੀਫ ਅਰਸ਼ਾਸ਼ਤਰੀ ਐਲਡ ਐਬ ਲੋਰਵਰਥ ਨੇ ਕਿਹਾ ਹੈ ਕਿ ਕੈਨੇਡੀਅਨ ਪਰਿਵਾਰਾਂ ਨੇ ਜਿੰਨਾ ਕਰਜ਼ਾ ਚੁੱਕਿਆ ਹੋਇਆ ਹੈ ਉਸ ਨਾਲ ਕੈਨੇਡੀਅਨ ਆਰਥਵਿਵਸਥਾ ਲਈ ਸੰਕਟ ਪੈਦਾ ਹੋ ਸਕਦਾ ਹੈ ਉਹਨਾਂ ਨੇ ਕਿਹਾ ਹੈ ਕਿ ਕੈਨੇਡੀਅਨ ਪਰਿਵਾਰਾਂ ਦੀ ਦੇਣਦਾਰੀ ਦਾ ਪੱਧਰ ਜੀ7 ਦੇਸ਼ਾਂ ਵਿੱਚ ਸਭ ਤੋਂ ਵੱਧ ਹੈ ਜਿਸ ਨਾਲ ਆਰਥਿਕਤਾ ਨੂੰ ਕਿਸੇ ਵੀ ਆਲਮੀ ਆਰਥਿਕ ਸੰਕਟ ਦੀ ਲਪੇਟ ਵਿੱਚ ਆਉਣ ਦਾ ਜੋਖਮ ਵੱਜ ਜਾਂਦਾ ਹੈ ਐਲਨ ਨੇ ਕਿਹਾ ਕਿ ਜਦੋਂ ਬਹੁਤ ਸਾਰੇ ਪਰਿਵਾਰ ਬੇहद ਕਰਜ਼ਾਈ ਹੋਣ ਤਾਂ ਸਥਿਤੀ ਤੇਜ਼ੀ ਨਾਲ ਨਿੱਗਰ ਸਕਦੀ ਹੈ ਜਿਸ ਤਰ੍ਹਾਂ 2007 ਤੋਂ 08 ਦੌਰਾਨ ਅਮਰੀਕਾ ਵਿੱਚ ਹੋਇਆ ਸੀ ਘਰੇਲੂ ਕਰਜ਼ੇ ਤੇ ਕੈਨੇਡਾ ਦੀ ਜੀਡੀਪੀ ਦਾ ਅਨੁਪਾਤ ਇਸ ਸਮੇਂ 107% ਹੋ ਗਿਆ ਹੈ ਐਡ ਮੁਤਾਬਕ ਕਰਜ਼ੇ ਦੇ ਅਨੁਪਾਤ ਵਿੱਚ ਤੇਜ਼ੀ ਨਾਲ ਵਾਧਾ ਪਿਛਲੇ ਕੁਝ ਸਾਲਾਂ ਦੌਰਾਨ ਹੋਇਆ ਹੈ ਸਾਲ 2008 ਤੱਕ ਹੀ ਕੈਨੇਡਾ ਵਿੱਚ ਘਰੇਲੂ ਕਰਜ਼ਾ ਜੀਡੀਪੀ ਦਾ 80% ਸੀ ਜੋ ਕਿ 2010 ਵਿੱਚ ਵਧ ਕੇ 95% ਤੱਕ ਪਹੁੰਚ ਗਿਆ ਅਤੇ ਮਹਾਮਾਰੀ ਦੌਰਾਨ 100% ਨੂੰ ਪਾਰ ਕਰ ਗਿਆ ਐਡ ਨੇ ਕਿਹਾ ਕਿ ਇਸ ਦੇ 2008 ਵਿੱਚ ਅਮਰੀਕਾ ਵਿੱਚ ਘਰੇਲੂ ਕਰਜ਼ਾ ਜੀਡੀਪੀ ਦਾ 100% ਸੀ ਪਰ 2021 ਵਿੱਚ ਇਹ ਘਟ ਕੇ 75% ਤੇ ਆ ਗਿਆ ਹੈ। ਉਹਨਾਂ ਨੇ ਕਿਹਾ ਕਿ ਯੂਕੇ ਤੇ ਜਰਮਨੀ ਵਿੱਚ ਇਹ ਅਨੁਪਾਤ ਘਟਿਆ ਹੈ। ਐਲਡ ਦੇ ਅਨੁਸਾਰ ਕੈਨੇਡੀਅਨਸ ਦੁਆਰਾ ਆਪਣੇ ਕਰਜ਼ੇ ਨੂੰ ਉਦੋਂ ਤੱਕ ਵਧਾਉਂਦੇ ਰਹਿਣ ਦੀ ਸੰਭਾਵਨਾ ਹੈ ਜਦੋਂ ਤੱਕ ਹਾਊਸਿੰਗ ਮਾਰਕੀਟ ਵਿੱਚ ਕਿਫਾਇਤੀਪਨ ਦਾ ਮੁੱਦਾ ਹੱਲ ਨਹੀਂ ਹੁੰਦਾ। ਗੌਰਤਲ ਬਹਿਕੇ ਪਿਛਲੇ ਹਫ਼ਤੇ ਬੈਂਕ ਆਫ ਕੈਨੇਡਾ ਨੇ ਵੀ ਅਗਾਹ ਕੀਤਾ ਸੀ ਕਿ ਮਾਰਗੇਜ ਲਾਗਤ ਵਿੱਚ ਆਉਂਦੀ ਤੇਜ਼ੀ ਆਉਣ ਵਾਲੇ ਸਾਲਾਂ ਵਿੱਚ ਆਰਥਿਕਤਾ ਲਈ ਇੱਕ ਵੱਡਾ ਖਤਰਾ ਬਣ ਸਕਦੀ ਹੈ। ਕੇਂਦਰੀ ਬੈਂਕ ਨੇ ਹਾਲੀ ਦੇ ਮਹੀਨਿਆਂ ਵਿੱਚ ਮਹਿੰਗਾਈ ਤੇ ਕਾਬੂ ਪਾਉਣ ਦੇ ਉਦੇਸ਼ ਨਾਲ ਵਿਆਜ ਦਰਾਂ ਵਿੱਚ ਤੰਬ ਤੋੜ ਕੀਤੀ ਸੀ। CMHC ਦਾ ਕਹਿਣਾ ਹੈ ਕਿ ਜਦੋਂ ਤੱਕ ਆਮਦਨੀ ਪੱਧਰ ਦਰਸਤ ਰਹਿੰਦਾ ਹੈ ਉਦੋਂ ਤੱਕ ਲੋਕ ਆਪਣੇ ਕਰਜ਼ੇ ਦਾ ਬੋਝ ਦਾ ਪ੍ਰਬੰਧ ਕਰ ਸਕਦੇ ਹਨ ਪਰ ਜੇ ਅਚਾਨਕ ਆਮਦਨ ਪ੍ਰਭਾਵਿਤ ਹੁੰਦੀ ਹੈ ਤਾਂ ਇਹ ਪੂਰੀ ਆਰਥਿਕਤਾ ਲਈ ਇੱਕ ਸਮੱਸਿਆ ਬਣ ਸਕਦਾ ਹੈ CMHC ਦੀ ਰਿਪੋਰਟ ਅਨੁਸਾਰ ਕਨੇਡੀਅਨ ਘਰੇਲੂ ਕਰਜ਼ੇ ਦਾ 3 ਚੁਟਾਈ ਹਿੱਸਾ ਮੌਰਗੇਜ ਨਾਲ ਜੁੜਿਆ ਹੋਇਆ ਹੈ ਹਾਊਸਿੰਗ ਏਜੰਸੀ ਨੇ ਕਿਹਾ ਕਿ ਕਰਜ਼ੇ ਦੀ ਵਾਧੇ ਸਮੱਸਿਆ ਦਾ ਹੱਲ ਦੇਸ਼ ਦੇ ਹਾਊਸਿੰਗ ਮਾਰਕੀਟ ਨਾਲ ਨੇੜੇ ਜੁੜਿਆ ਹੈ ਐਡ ਨੇ ਕਿਹਾ ਕਿ ਜਦੋਂ ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਵਧਦੀਆਂ ਹਨ ਪਰਿਵਾਰ ਵਧੇਰੇ ਕਰਜ਼ਾ ਚੁੱਕਦੇ ਹਨ ਜਿਸ ਨਾਲ ਆਤਚਾਰੀ ਜੇ ਕੁੱਲ ਕਰਜ਼ਾ ਵਾਜ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਲੰਬੇ ਸਮੇਂ ਲਈ ਕੈਨੇਡਾ ਵਿੱਚ ਹਾਊਸਿੰਗ ਵਿੱਚ ਕਿਫਾਇਤੀਪਨ ਨੂੰ ਮੁੜ ਸਥਾਪਿਤ ਕਰਨਾ ਘਰੇਲੂ ਕਰਜ਼ੇ ਨੂੰ ਘਟਾਉਣ ਵਿੱਚ ਬਹੁਤ ਅਹਿਮ ਪਹਿਲੂ ਹੋਵੇਗਾ